ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਰਿਲਾਇੰਸ ਵਾਲਿਆਂ ਦਾ ਵੱਡਾ ਬਿਆਨ, ਆਈ ਤਾਜ਼ਾ ਵੱਡੀ ਖਬਰ, ਦੇਵੇਗਾ ਫ੍ਰੀ ਪੈਟਰੋਲ। ਆਈ ਤਾਜ਼ਾ ਵੱਡੀ ਜਾਣਕਾਰੀ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਲੋਕਾਂ 'ਚ ਆਪਣੀ ਐਕਸ ਨੂੰ ਸੁਧਾਰ ਲਈ ਰਿਲਾਇੰਸ ਕੰਪਨੀ ਕੁਝ ਕਾਰਨ ਦਾ ਯਤਨ ਕਰ ਰਹੀ ਹੈ। ਦੱਸ ਦਈਏ ਕਿ ਦੇਸ਼ 'ਚ ਕਰੋਨਾ ਦੌਰਾਨ ਰਿਲਾਇੰਸ ਕਈ ਤਰ੍ਹਾਂ ਦੀ ਮਦਦ ਕਰਨ 'ਚ ਯੋਗਦਾਨ ਪਾ ਰਿਹਾ ਹੈ। ਅਜਿਹੇ 'ਚ ਹੁਣ ਰਿਲਾਇੰਸ BP ਮੋਬਿਲਿਟੀ ਲਿਮਿਟਿਡ ਨੇ ਕਰੋਨਾ ਨਾਲ ਜਿੱਤਣ 'ਚ ਰਾਸ਼ਟਰ ਦੀ ਸੇਵਾ ਲਈ ਆਪਣੀਆਂ ਸੇਵਾਵਾਂ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਸ ਤਹਿਤ ਰਿਲਾਇੰਸ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ RBMI ਰਿਲੇਟ ਆਊਟਲੈਟਸ ਪ੍ਰਤੀ ਦਿਨ ਵਾਹਨ 50 ਲੀਟਰ ਪੈਟਰੋਲ ਡੀਜ਼ਲ ਮੁਫਤ ਮੁਹੱਈਆ ਕਰਵਾਉਣਗੇ। ਇਹ ਸੁਵਿਧਾ ਜ਼ਿਲ੍ਹਾ ਐਡਮਿਨਿਸਟ੍ਰੇਟਰ ਵੱਲੋਂ ਅਥੋਰਟੀਜ਼ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਕਰੋਨਾ ਵਿਅਕਤੀਆਂ ਨੂੰ ਲਿਜਾਣ ਵਾਲੇ, ਕੁਆਰੰਟਾਈਨ ਲਈ ਲਿਜਾਣ ਵਾਲੇ ਅਤੇ ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਲਈ ਹੋਵੇਗੀ। ਦੱਸ ਦਈਏ ਕਿ ਇਹ ਸੁਵਿਧਾ 30 ਜੂਨ 2021 ਤੱਕ ਹੋਵੇਗੀ। ਕੰਪਨੀ ਵੱਲੋਂ ਇਸ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਰਿਲੇਟ ਆਊਟਲੈਟਸ ਦੇ ਨੈਟਵਰਕ ਅਤੇ ਸੰਬੰਧਿਤ ਦਫ਼ਤਰ ਵੱਲੋਂ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਦਿੰਦਿਆਂ ਇੱਕ ਅਥੋਰਟੀ ਪੱਤਰ ਜਾਰੀ ਕਰਨ ਲਈ ਕਿਹਾ ਗਿਆ ਹੈ। ਜਾਰੀ ਕੀਤੇ ਗਏ ਪੱਤਰ 'ਤੇ ਇੱਕ ਮੁਫਤ ਤੇਲ ਮਿਲੇਗਾ। ਦੱਸ ਦਈਏ ਕਿ ਕਈ ਮਹਿਰਾਂ ਦਾ ਮੰਨਣਾ ਹੈ ਕਿ ਇਹ ਸਕੀਮ ਰਿਲਾਇੰਸ ਇੰਡਸਟਰੀ ਖੇਤੀ ਬਿੱਲਾਂ ਦੇ ਰੋਸ ਬਾਅਦ ਆਮ ਲੋਕਾਂ 'ਚ ਦੁਬਾਰਾ ਆਧਾਰ ਬਣਾਉਣ ਦੇ ਲਈ, ਜਿਸ ਨਾਲ ਅਨੇਕਾਂ ਲੋਕ ਇੱਥੇ ਆ ਅਤੇ ਇਹਨਾਂ ਨਾਲ ਜੁੜਨ ਅਤੇ ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।